ਕੈਨੇਡਾ ਦੇ ਵਿੱਚ ਅੱਜ ਇੱਕ ਖਬਰ ਜਿਹੜੀ ਆ ਬੜੀ ਹੀ ਸੈਡ ਕਰਨ ਵਾਲੀ ਦੁੱਖ ਦੇਣ ਵਾਲੀ ਜਿਹੜੀ ਆ ਉਹ ਨਿਕਲੀ ਹੈ ਸਵੇਰੇ ਕਿ BC ਦੇ ਸ਼ਹਿਰ ਕੈਮਲੂਪਸ ਤੇ ਲੱਗੇ ਜਿਹੜਾ ਇੱਕ ਰੈ residențial ਸਕੂਲ ਜਿਹੜਾ ਆ ਪੁਰਾਣਾ ਸਕੂਲ ਉਹਦੇ ਲਾਗਿਓ 215 ਜਿਹੜੇ ਮੂਲ ਵਾਸੀਆਂ ਦੇ ਬੱਚੇ ਆ ਉਹਨਾਂ ਦੇ ਪਿੰਜਰ ਲੱਬੇ ਆ ਸੋ ਇਹ ਇੱਕ ਅਜਿਹੀ ਦਿਲ ਦਿਖਾਉ ਜਿਹੜੀ ਖਬਰ ਹੈਗੀ ਆ ਜਿਹਦੇ ਕਰਕੇ ਉਹ ਸਾਰੀਆਂ ਯਾਦਾਂ ਮੁੜ ਤਾਜ਼ਾ ਹੋ ਜਾਂਦੀਆਂ ਕਿ ਕਿਵੇਂ ਕੈਨੇਡਾ ਦੇ ਵਿੱਚ ਮੂਲ ਵਾਸੀਆਂ ਦਾ ਕਹਾਨ ਜਿਹੜਾ ਕੀਤਾ ਗਿਆ ਨਸਲ ਕੁਸ਼ੀ ਕੀਤੀ ਗਈ ਉਹਨਾਂ ਦੇ ਬੱਚਿਆਂ ਦੇ ਨਾਲ ਇੰਨਾ ਤੱਕਾ ਕੀਤਾ ਗਿਆ ਕਿ ਉਹ ਪੜ ਸੁਣ ਕੇ ਜਿਹੜੇ ਲੋਹ ਕੰਡੇ ਖੜੇ ਹੁੰਦੇ ਆ ਸੋ ਇਹ ਜਿਹੜੇ ਪੰਜਰ ਲੱਬੇ ਉਹਨਾਂ ਦੇ ਵਿੱਚ ਬੱਚਿਆਂ ਦੀ ਉਮਰ 3 ਸਾਲ ਅਤੇ ਇਸ ਤੋਂ ਉੱਪਰ ਦੱਸੀ ਜਾ ਰਹੀ ਹੈ ਜਦੋਂ ਆਪਾਂ ਗੱਲ ਨਸਲ ਕੁਸ਼ੀਆਂ ਦੀ ਕਰਦੇ ਆ ਕਤਲੇਆਮਾਂ ਦੀ ਕਰਦੇ ਆ ਸਾਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਇਹ ਬਹੁਤ ਦੇਰ ਪਹਿਲਾਂ ਦੀਆਂ ਕੀਤੀਆਂ ਗਈਆਂ ਕਾਰਵਾਈਆਂ ਆ ਪਰ ਅੱਜ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਥਾਂ ਦੇ ਉੱਤੇ ਕਿਸੇ ਨਾ ਕਿਸੇ ਕਮਿਊਨਿਟੀ ਦਾ ਕਿਸੇ ਨਾ ਕਿਸੇ ਕਾਰਨ ਜਿਹੜਾ ਕਤਲੇਆਮ ਹੋ ਰਿਹਾ ਆ ਨਸਲ ਖੁਸ਼ੀ ਹੋ ਰਹੀ ਆ ਚਾਹੇ ਉਹ ਮਿਡਲ ਈਸਟ ਦੇ ਵਿੱਚ ਆਪਾਂ ਫਲਸਤੀਨ ਦੀ ਗੱਲ ਕਰ ਲਈਏ ਚਾਹੇ ਉਹ ਮਿਆਂਮਾਰ ਦੇ ਵਿੱਚ ਰਹੰਗੀਆਂ ਮੁਸਲਮਾਨਾਂ ਦੀ ਗੱਲ ਕਰ ਲਈਏ ਤੇ ਚਾਹੇ ਚੀਨ ਦੇ ਵਿੱਚ ਆਪਾਂ ਉਹੀ ਕਰ ਮੁਸਲਮਾਨਾਂ ਦੀ ਜਾਂ ਭਾਰਤ ਦੇ ਵਿੱਚ ਸਿੱਖਾਂ ਦੀ ਤਾਂ ਹੋਰ ਘਟ ਗਿਣਤੀਆਂ ਦੀ ਗੱਲ ਕਰ ਸਕਦੇ ਹਾਂ ਸੋ ਗੱਲ ਕੀ ਹੈ ਕਿ ਇਹ ਨਸਲਕੁਸ਼ੀ ਜਿਹੜੀ ਕੈਨੇਡਾ ਦੇ ਵਿੱਚ ਹੋਈ ਆ ਇਹਦੇ ਵਿੱਚ ਕਿਹਾ ਇਹ ਗਿਆ ਕਿ ਜਿਹੜੇ ਮੂਲ ਵਾਸੀ ਆ ਇਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣਾ ਇਹਨਾਂ ਦੇ ਬੱਚਿਆਂ ਨੂੰ ਇਧਰ ਲੈ ਕੇ ਆਉਣਾ ਆ ਇਹਨਾਂ ਨੂੰ ਪੜ੍ਹਾਉਣਾ ਆ ਇਹਨਾਂ ਨੂੰ ਜਿਹੜਾ ਮਾਡਰਨ ਕਲਚਰ ਸਿਖਾਉਣਾ ਆ ਇਹਨਾਂ ਨੂੰ ਆਮ ਲੋਕਾਂ ਦੇ ਵਿੱਚ ਘੁਲਣਾ ਮਿਲਣਾ ਸਿਖਾਉਣਾ ਆ ਪਰ ਉਹ ਸਭ ਕੁਝ ਕਰਦਿਆਂ ਕਰਦਿਆਂ ਇਹਨਾਂ ਦੇ ਨਾਲ ਇੰਨਾ ਧੱਕਾ ਕੀਤਾ ਗਿਆ ਉਹਨਾਂ ਦਾ ਕਹਾਣ ਹੀ ਕਰ ਦਿੱਤਾ ਗਿਆ 3200 ਦੇ ਕਰੀਬ ਜਿਹੜੇ ਬੱਚੇ ਆ ਉਹ ਇਸ ਦੇ ਵਿੱਚ ਮਾਰੇ ਗਏ ਆ ਇਹ ਜਿਹੜੀਆਂ ਕਾਰਵਾਈਆਂ ਕੋਈ ਬਹੁਤਾ ਚਿਰ ਪਹਿਲਾਂ ਨਹੀਂ ਹੋਈਆਂ ਇਹ ਕਾਰਵਾਈਆਂ 1800 90 ਤੋਂ ਲੈ ਕੇ 1969 ਤੱਕ ਇਸ ਰੈ residențial ਸਕੂਲ ਦੇ ਵਿੱਚ ਚੱਲਦੀਆਂ ਰਹੀਆਂ ਸੋ ਇਹੋ ਜਿਹੇ ਰੈ residențial ਸਕੂਲ ਜਿਹੜੇ ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸੀਗੇ ਅਜਿਹਾਂ ਦੇ ਵਾਸਤੇ ਕਿ ਸਰਕਾਰ ਵੱਲੋਂ ਉਸ ਮੌਕੇ ਦੀਆਂ ਸਰਕਾਰਾਂ ਵੱਲੋਂ ਆ ਕਾਨੂੰਨ ਬਣਾਇਆ ਗਿਆ ਸੀ ਕਿ ਖੁੱਲੀ ਛੁੱਟੀ ਦਿੱਤੀ ਗਈ ਸੀ ਉਸ ਵੇਲੇ ਦੀ ਚਰਚ ਜਿਹੜੇ ਐਸਾਈ ਮਿਸ਼ਨਰੀ ਸੀਗੇ ਉਹ ਇਹਨਾਂ ਆਦਵਸੀਆਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਦੇ ਨਾਂ ਹਿਤ ਇਹਨਾਂ ਨੂੰ ਤਸੀਹੇ ਕੇਂਦਰਾਂ ਵੱਜੋਂ ਇਹ ਜਨਾ ਰੈਜ਼ੀਡੈਂਸ਼ੀਅਲ ਸਕੂਲ ਨੂੰ ਵਰਤਦੇ ਰਹੇ ਆ ਇਹਨਾਂ ਬੱਚਿਆਂ ਨੂੰ ਇੱਥੇ ਲਿਆ ਇਸ ਕਰਕੇ ਜਾਂਦਾ ਸੀ ਕਿ ਇਹਨਾਂ ਨੂੰ ਸੱਭਿਅਕ ਬਣਾਉਣਾ ਪਰ ਇਹਨਾਂ ਅਖੌਤੀ ਸੱਭਿਅਕਾਂ ਦੇ ਸੇਵਕਾਂ ਵੱਲੋਂ ਇਹਨਾਂ ਬੱਚਿਆਂ ਨੂੰ ਤਸੀਹੇ ਦਿੱਤੇ ਜਾਂਦੇ ਰਹੇ ਇਹਨਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਰਿਹਾ ਤਾਂ ਕਿ ਇਹ ਆਪਣਾ ਧਰਮ ਆਪਣਾ ਵਿਰਸਾ ਆਪਣੀ ਜ਼ੁਬਾਨ ਤੇ ਆਪਣੀ ਕੌਮ ਦੇ ਨਾਲ ਜਿਹੜਾ ਪਿਆਰ ਆ ਉਹ ਭੁੱਲ ਜਾਣ ਤੇ ਕਿਸੇ ਹੱਦ ਤੱਕ ਇਸ ਜਿਹੜੇ ਲੋਕ ਨੇ ਉਹ ਸਫਲ ਵੀ ਰਹੇ ਆ। ਸੋ ਜਿਹੜੇ ਬੱਚੇ 215 ਜਿਨ੍ਹਾਂ ਦੇ ਹੁਣ ਪਿੰਜਰ ਲੱਬੇ ਆ ਇਹਨਾਂ ਦੇ ਬਾਰੇ ਇਹ ਸੋਚਿਆ ਜਾ ਰਿਹਾ ਸਿਗਾ ਕਿ ਇਹ ਬੱਚੇ ਜਿਹੜੇ ਆ ਕਿਤੇ ਨਾ ਕਿਤੇ ਸ਼ਾਇਦ ਭੱਜ ਗਏ ਆ ਜਾਂ ਆਪਣੇ ਘਰਾਂ ਨੂੰ ਵਾਪਸ ਜੰਗਲਾਂ ਦੇ ਵਿੱਚ ਚਲੇ ਗਏ ਆ। ਇਹਨਾਂ ਦੇ ਨਾਲ ਦੇ ਸਾਥੀ ਜਿਹੜੇ ਹੱਲੇ ਵੀ ਜਿਉਂਦੇ ਆ ਜਿਨ੍ਹਾਂ ਨੂੰ ਕਿ ਸਰਵਾਈਵਰਸ ਕਿਹਾ ਜਾਂਦਾ। ਉਹ ਚਾਹੇ ਟ੍ਰਾਂਟੋ ਬੈਠੇ ਆ ਚਾਹੇ ਉਹ ਵੈਨਕੂਵਰ ਬੈਠੇ ਆ ਅੱਜ ਅੱਖਾਂ ਪਰ ਰਹੇ ਆ ਕਿ ਅਸੀਂ ਤਾਂ ਇਹੀ ਸੋਚਦੇ ਸੀ ਕਿ ਅੱਜ ਫਲਾਣਾ ਲੋਕ ਹੋ ਗਿਆ ਅੱਜ ਫਲਾਣਾ ਲੋਕ ਹੋ ਗਿਆ ਵੀ ਉਹ ਇਥੋਂ ਇਸ ਜ਼ੁਲਮਗਾਹ ਦੇ ਵਿੱਚੋਂ ਨਿਕਲ ਕੇ ਭੱਜ ਗਏ ਆ ਆਪਣੇ ਘਰਦਿਆਂ ਕੋਲ ਪਹੁੰਚ ਗਏ ਆ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਜ਼ੁਲਮ ਹਸਿੰਦਿਆਂ ਉਹਨਾਂ ਦੀ ਮੌਤ ਹੋ ਗਈ ਆ ਤੇ ਜਿਹੜੇ ਆ ਸਭਿਆਤਾ ਦੀ ਦੁਹਾਈ ਦੇਣ ਵਾਲੇ ਲੋਕ ਨੇ ਇਹ ਸੱਭੇਕ ਬਣਾਉਣ ਲੱਗੇ ਹੋਏ ਸਾਨੂੰ ਇਹਨਾਂ ਨੇ ਉਹਨਾਂ ਨੂੰ ਇੱਥੇ ਹੀ ਕਵਰ ਦੇ ਵਿੱਚ ਜਿਹੜਾ ਆ ਉਹ ਨੱਪ ਦਿੱਤਾ ਆ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਕਹਾਣੀਆਂ ਜੋ ਜ਼ੁਲਮ ਰੈ residential ਸਕੂਲ ਦੇ ਨਾਂ ਹੇਠ ਹੋਏ ਆ ਇਹ ਰੋਂਗ ਟੇ ਖੜੇ ਕਰਦੇ ਆ ਇਸ ਕਰਕੇ ਇਹਨਾਂ ਨੂੰ residential ਸਕੂਲ ਦੇ ਨਾਲੋਂ ਸੀਹਾ ਕੇਂਦਰ ਕਹਿਣਾ ਜਿਹੜਾ ਆ ਉਹ ਜ਼ਿਆਦਾ ਬਿਹਤਰ ਹੋ ਸਕਦਾ ਆ ਸੋ ਇਹ ਜੋ ਸਾਰਾ ਕੁਝ ਹੋਇਆ ਇਸਾਈ ਬਿਸ਼ਨਰਾਂ ਵੱਲੋਂ ਚਰਚ ਦੀ ਕਮਾਂਡ ਦੇ ਹੇਠ ਸਰਕਾਰ ਦੀ ਅੱਖ ਹੇਠ ਜਿਹੜਾ ਸਾਰਾ ਕੁਝ ਕੀਤਾ ਗਿਆ ਸਮੇਂ-ਸਮੇਂ ਸਰਕਾਰਾਂ ਬਦਲਦੀਆਂ ਗਈਆਂ ਕੋਈ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਨਹੀਂ ਕੀਤੀ ਗਈ ਸੋ ਹੁਣ ਤੁਸੀਂ ਇਹ ਕਦੇ ਸੋਚੋ ਕਿ ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ 1980ਵਿਆਂ ਤੱਕ ਜਿਹੜੇ ਆ ਰੈ residențial ਸਕੂਲ ਜਿਹੜੇ ਚੱਲਦੇ ਰਹੇ ਆ ਇਹ ਉਹ ਸਮਾਂ ਆ ਜਦੋਂ ਪੰਜਾਬੀ ਇੱਥੇ ਪਹੁੰਚੇ ਹੋਏ ਸੀਗੇ 750 ਸਾਲ ਪਹਿਲਾਂ ਇੱਥੇ ਪੰਜਾਬੀ ਸਿੱਖ ਜਿਹੜੇ ਪਹੁੰਚ ਗਏ ਸੀਗੇ ਉਹਨਾਂ ਸਮਿਆਂ ਦੇ ਵਿੱਚ ਇਥੋਂ ਜਿਹੜੇ ਅਸਲੀ ਮੂਲ ਨਿਵਾਸੀ ਸੀਗੇ ਉਹਨਾਂ ਦੀਆਂ ਪੀੜ੍ਹੀਆਂ ਖਤਮ ਕਰਨ ਦੇ ਵਾਸਤੇ ਉਹਨਾਂ ਦੇ ਨਾਲ ਧੱਕਾ ਜਿਹੜਾ ਆ ਉਹ ਹੁੰਦਾ ਰਿਹਾ ਉਸ ਤੋਂ ਬਾਅਦ ਜਸਟਨ ਟਰੂਟੋ ਉਹਨਾਂ ਦਾ ਰਾਜ ਆਉਂਦਾ ਉਹਨਾਂ ਵੱਲੋਂ ਇੱਕ 5 ਕੇ ਸਾਲ ਪਹਿਲਾਂ ਇੱਕ ਟਰੂਥ ਐਂਡ ਰੀਕਨਸਾਈਲੇਸ਼ਨ ਕਮਿਸ਼ਨ ਜਿਹੜਾ ਆ ਉਹਦੀ ਸਥਾਪਨਾ ਕੀਤੀ ਗਈ ਜਿਹਨੇ ਇੱਕ ਸੱਚ ਭਾਲ ਕੇ ਅੱਗੇ ਲਿਆਉਣਾ ਸੀਗਾ ਇਸ ਕਮਿਸ਼ਨ ਵੱਲੋਂ 4000 ਸਫਿਆਂ ਦੀ ਇੱਕ ਰਿਪੋਰਟ ਜਿਹੜੀ ਆ ਉਹ ਤਿਆਰ ਕੀਤੀ ਗਈ। ਉਹਦੇ ਵਿੱਚ ਦੱਸਿਆ ਗਿਆ ਕਿ 3200 ਦੇ ਕਰੀਬ ਜਿਹੜੇ ਬੱਚੇ ਆ ਉਹਨਾਂ ਨੂੰ ਇੱਥੇ ਜਿਹੜਾ ਜ਼ੁਲਮ ਨਾ ਸਹੰਦੇ ਉਹਨਾਂ ਦੀ ਮੌਤ ਹੋਈ ਆ। ਜਦੋਂ ਕਿ ਕੁੱਲ ਬੱਚਿਆਂ ਦੀ ਗਿਣਤੀ ਜਿਹੜੇ ਇਹਨਾਂ ਰੈ residențial ਸਕੂਲ ਦੇ ਵਿੱਚ ਲਿਆਂਦੇ ਗਏ ਆ ਉਹ 1.5 ਲੱਖ ਤੋਂ ਵੀ ਵੱਧ ਆ। ਸੋ ਇਹ ਇੱਕ ਐਡਾ ਵੱਡਾ ਕੈਨੇਡਾ ਦੇ ਮੱਥੇ ਦੇ ਉੱਤੇ ਬਦਨਵਾ ਦਾਗ ਆ ਕਿ ਜਿਹੜਾ ਕਦੇ ਵੀ ਨਹੀਂ ਮਿਟ ਸਕਦਾ। ਜਿਹੜੇ ਇਤਲੇ ਬੌਰਨ ਜਾਂ ਬੱਚੇ ਨੇ ਉਹ ਸਕੂਲਾਂ ਦੇ ਵਿੱਚ ਉਹਨਾਂ ਬਾਰੇ ਜਾਣ ਰਹੇ ਆ। ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਬਾਰੇ ਜਾਣਦੇ ਆ ਪਰ ਜਿਹੜੇ ਪੰਜਾਬ ਤੋਂ ਚਾਹੇ ਉਹ ਨੌਜਵਾਨ ਆ ਰਹੇ ਆ ਬੱਚੇ ਆ ਰਹੇ ਆ ਜਾਂ ਹੀ ਉਹਨਾਂ ਅਧ ਖੜਾ ਰਹੇ ਉਹਨਾਂ ਨੂੰ ਇਨਸਪਾਇਰ ਨਹੀਂ ਪਤਾ ਕਿ ਇਹਨਾਂ ਲੋਕਾਂ ਦੇ ਨਾਲ ਜਿਹੜਾ ਇੱਥੇ ਕੀ ਹੋਇਆ ਅਕਸਰ ਅਸੀਂ ਸਤਿਕਾਰ ਵਜੋਂ ਉਹਨਾਂ ਨੂੰ ਤਾਇਕੇ ਕਹਿ ਦਿੰਨੇ ਆ ਮਤਲਬ ਕਿ ਸਾਡੇ ਤੋਂ ਵੱਡੇ ਥਾਂ ਆ ਪਰ ਕਈ ਲੋਕ ਜਿਹੜੇ ਇਹਨਾਂ ਨਾਲ ਕ੍ਰਿਣਾ ਕਰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਕੈਨੇਡਾ ਦੇ ਮੂਲ ਵਾਸੀ ਜਿਹੜੇ ਆ ਅਸਲੀ ਮਾਲਕ ਨੇ ਬਾਕੀ ਸਾਰੇ ਅਸੀਂ ਇਮੀਗ੍ਰੈਂਟ ਆ ਕੋਈ 200 ਸਾਲ ਪਹਿਲਾਂ ਆਇਆ ਹੋ ਸਕਦਾ ਕੋਈ 200 ਸਾਲ ਪਹਿਲਾਂ ਆਇਆ ਹੋ ਸਕਦਾ ਪਰ ਇਹ ਧਰਤੀ ਜਿਹੜੀ ਆ ਕੈਨੇਡਾ ਦੇ ਮੂਲ ਵਾਸੀਆਂ ਦੀ ਆ ਉਹਨਾਂ ਨੂੰ ਹੀ ਬਿਲੋਂਗ ਕਰਦੀ ਆ ਜਿਸ ਧਰਤੀ ਦੇ ਉੱਤੇ ਖੜ ਕੇ ਅੱਜ ਇਹ ਪ੍ਰੋਗਰਾਮ ਹੋ ਰਿਹਾ ਇਹਨਾਂ ਲੋਕਾਂ ਦੀ ਧਰਤੀ ਆ ਸੋ ਇਹਨਾਂ ਦਾ ਦਰਦ ਪਛਾਣਨ ਦੀ ਲੋੜ ਆ ਪਛਾਣਨ ਦੀ ਲੋੜ ਇਸ ਕਰਕੇ ਆ ਕਿ ਜੇ ਅਸੀਂ ਜਾਣਾਂਗੇ ਅਹ ਜੇ ਨੰਦਨਲਕੀ ਹੋ ਰਿਹਾ ਤਾਂ ਉਹ ਕਿਤੇ ਅਸੀਂ ਇਸ ਗੱਲ ਦੇ ਵਾਸਤੇ ਸਹਾਇੀ ਹੋ ਰਵਾਂਗੇ ਕਿ ਕਿਤੇ ਹੋਰ ਮੁੜ ਕੇ ਜਿਹਾ ਸਾਡੇ ਕਰਕੇ ਜਾਂ ਨਾਂ ਵਾਪਰੇ ਤੇ ਸਾਡੇ ਸਾਹਮਣੇ ਘੱਟੋ ਘੱਟ ਨਾਂ ਵਾਪਰੇ ਪੰਜਾਬ ਦੇ ਨਾਲ ਮੈਂ ਇਹਨਾਂ ਨੂੰ ਬਹੁਤ ਜੋੜ ਕੇ ਦੇਖਦਾ ਜਦੋਂ ਇੱਥੇ ਡਾਊਨਟਾਊਨ ਦੇ ਵਿੱਚ ਇਹਨਾਂ ਦੀ ਮਾੜੀ ਹਾਲਤ ਦੇਖੀ ਦੀ ਆ ਨਸ਼ੇ ਦੇ ਨਾਲ ਜਿਹੜੇ ਆ ਘੁਮਦੇ ਘਿਰਦੇ ਦੇਖਿਆ ਜੋ ਕੁਛ ਇਹਨਾਂ ਦੇ ਨਾਲ ਬੀਤੇ 50 ਸਾਲ ਜਾਂ 100 ਸਾਲ ਦੇ ਵਿੱਚ ਹੋਇਆ ਲਗਭਗ ਉਹੀ ਕੁਛ ਹੀ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਹੋ ਰਿਹਾ ਆ ਇਸ ਕਰਕੇ ਸਾਨੂੰ ਇਹਨਾਂ ਦੇ ਵੱਲ ਬਹੁਤ ਜ਼ਿਆਦਾ ਧਿਆਨ ਨਾਲ ਦੇਖਣ ਦੀ ਇਹਨਾਂ ਬਾਰੇ ਜਾਣਨ ਦੀ ਲੋੜ ਆ ਕਿ ਸਰਕਾਰਾਂ ਜਿਹੜੀਆਂ ਕਿਵੇਂ ਅ ਅਸੀਮੂਲੇਟ ਕਰਦੀਆਂ ਜਜ਼ਬ ਕਰ ਲੈਂਦੀਆਂ ਸੱਭਿਆਚਾਰਾਂ ਨੂੰ ਬੋਲੀਆਂ ਨੂੰ ਤੁਹਾਡੇ ਧਾਰਮਿਕ ਵਿਸ਼ਵਾਸਾਂ ਨੂੰ ਅਤੇ ਜਿਹੜੇ ਨਹੀਂ ਜਿਹੜੇ ਮੰਨਦੇ ਉਹਨਾਂ ਨੂੰ ਫੇਕਤਲ ਕਰ ਦਿੱਤਾ ਜਾਂਦਾ ਉਹਨਾਂ ਦੀ ਜੇਨੋਸਾਈਡ ਜਿਹੜੀ ਆ ਉਹ ਕੀਤੀ ਜਾਂਦੀ ਆ ਇਹ ਇੱਕ ਪਰਫੈਕਟ ਐਗਜ਼ਾਮਪਲ ਇਸ ਗੱਲ ਦੀ ਜਿਹੜੀ ਆ ਇਹ ਕੈਨੇਡਾ ਦੇ ਮੂਲ ਵਾਸੀਆਂ ਤੋਂ ਸਿੱਖੀ ਜਾ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ